Remember when you said it doesn't get better than this? Only a fool to let you. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ? ਹੋਪ ਤੁਸੀਂ ਠੀਕ ਠਾਕ ਹੋਵੋਗੇ। ਅੱਜ ਹੈਗੀ 1 ਜਨਵਰੀ, ਸੋ ਹੈਪੀ ਨਿਊ ਈਅਰ ਸਾਰਿਆਂ ਨੂੰ। ਖੁਸ਼ੀਆਂ ਲੈ ਕੇ ਆਵੇ ਤੁਹਾਡੇ ਲਈ ਇਹ ਸਾਲ, ਠੀਕ ਆ ਨਾ। ਸੋ ਅੱਜ ਜਿੱਥੇ ਮੈਂ ਘੁੰਮਣ ਆਇਆ ਹੋਇਆ ਆਇਆ ਤਾਂ ਮੰਮੀ ਹੁਣਾਂ ਦੇ ਨਾਲ, ਮੰਮੀ ਪਾਪਾ ਦੇ ਨਾਲ। ਮੈਂ ਸੋਚਿਆ ਚਲੋ ਲੋਕਲ ਕਿਤੇ ਘੁੰਮ ਫਿਰ ਕੇ ਆਉਂਦੇ ਹਾਂ, ਅਤੇ ਲੋਕਲ ਮੈਂ ਆਇਆ ਹੋਇਆ। ਸਾਡੇ ਲਾਗੇ ਇੱਕ ਚਰਚ ਪੈਂਦਾ ਆ, ਬਹੁਤ ਸੋਹਣਾ ਚਰਚ ਆ, ਦੇਖਣ ਵਾਲੀ ਚੀਜ਼ ਆ। ਅਤੇ ਉਹ ਮੰਮੀ ਪਾਪਾ ਉਹਨਾਂ ਨੂੰ ਵੀ ਦਿਖਾਉਣ ਲੈ ਕੇ ਆਇਆ ਹੋਇਆ, ਕਿਉਂਕਿ ਆਪ ਤਾਂ ਮੈਂ ਇਕੱਲਾ ਘੁੰਮਦੇ ਰਹਿੰਦਾ ਹਾਂ। ਅਤੇ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ। ਇਸ ਚਰਚ 'ਤੇ ਆਉਣ ਦੇ 2 ਰਸਤੇ ਆ। ਇੱਕ ਤਾਂ ਜਿਹੜਾ ਅੱਜ ਮੈਂ ਸੌਖੇ ਵਾਲਾ ਰਸਤਾ ਆ, ਤੁਸੀਂ ਗੱਡੀ ਪਾਰਕ ਕਰਕੇ ਥੱਲੇ ਚੜ੍ਹਾਈ ਜਾਂਦੀ ਆ, ਉੱਤਰ ਸਕਦੇ ਹੋ ਬੜੇ ਆਰਾਮ ਦੇ ਨਾਲ, ਬੜਾ ਤੁਸੀਂ ਦੇਖਦੇ ਹੋ ਸਾਫ਼ ਸੁਥਰਾ ਆ, ਤੁਸੀਂ ਆਰਾਮ ਨਾਲ ਉੱਤਰ ਸਕਦੇ ਹੋ, ਕੋਈ ਖਤਰਾ ਨਹੀਂ ਗਾ। ਅਤੇ ਦੂਜਾ ਰਸਤਾ ਤੁਹਾਨੂੰ ਮੈਂ ਵੀਡੀਓ ਲਿੰਕ 'ਚ ਪਾ ਦਿੰਦਾ, ਤੁਸੀਂ ਉਹ ਦੇਖ ਸਕਦੇ ਹੋ। ਦੂਜਾ ਰਸਤਾ ਉਹ ਆ, ਜਾਂ ਤੁਸੀਂ ਤੁਹਾਨੂੰ ਟਰੈਕਿੰਗ ਪਸੰਦ ਆ ਨਾ, ਤੁਸੀਂ ਉਹ ਵੀ ਕਰ ਸਕਦੇ ਹੋ। Those words are kind of hard to find, so I just had to write this song. I don't want to see you cry again, and no matter how the story ends, I'll always be there for you. Cause I see colors for the first time. I'm sorry. ਜਿਹੜਾ ਪੂਰਾ ਦਾ ਪੂਰਾ ਰੋਡ ਆ ਥੱਲੇ ਆਉਂਦਾ ਆ, ਰੋਡ 'ਤੇ ਤੁਸੀਂ ਦੇਖਿਆ ਹੋਊਗਾ ਆਲੇ ਦੁਆਲੇ ਸਟੈਚੂ ਬਣੇ ਹੋਏ ਆ। ਉਹ ਇੱਕ ਸਟੋਰੀ ਟੈਲਿੰਗ ਆ, ਅਤੇ ਸਟੋਰੀ ਦੱਸਦਾ ਕਿੱਦਾਂ ਜੀਸਸ ਨੂੰ ਉਹਨਾਂ ਨੇ ਕਰੋਚੇ 'ਤੇ ਚਾੜਿਆ, ਠੀਕ ਆ ਨਾ। ਅਤੇ ਆਹ ਉਹਨਾਂ ਨੇ ਬਣਾ ਕੇ ਰੱਖੀ ਹੋਈ ਆ, ਜੀਸਸ ਦੀ ਇੱਕ ਸਟੈਚੂ ਬਣਾ ਕੇ ਅੰਦਰ ਰੱਖਿਆ ਹੋਇਆ, ਠੀਕ ਆ ਨਾ। ਬਹੁਤ ਸੋਹਣਾ ਹੈ। ਤੁਸੀਂ ਦੇਖ ਸਕਦੇ ਹੋ ਕਿੱਦਾਂ ਪਹਾੜ ਨੂੰ ਤੋੜ ਤੋੜ ਕੇ, ਥੋੜ੍ਹਾ ਥੋੜ੍ਹਾ ਖੋਦ ਕੇ ਇਹਨਾਂ ਨੇ ਚਰਚ ਬਣਾਇਆ ਹੋਇਆ ਬਿਲਕੁਲ ਪਹਾੜੀ 'ਤੇ। ਅਤੇ ਇੱਕ ਚੀਜ਼ ਹੋਰ ਜਿਹੜੀ ਮੈਨੂੰ ਵਧੀਆ ਲੱਗਦੀ ਇਟਾਲੀਅਨ ਲੋਕਾਂ ਦੀ, ਕਿ ਇਹ ਆਪਣੀਆਂ ਇਤਿਹਾਸਿਕ ਚੀਜ਼ਾਂ ਨੂੰ ਬਹੁਤ ਵਧੀਆ ਮੇਨਟੇਨ ਕਰਕੇ ਰੱਖਦੇ ਆ। ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਥੇ ਆਉਂਦੇ 2 ਰਸਤੇ ਆ, ਇੱਕ ਈਜ਼ੀ ਆ ਜਿੱਥੋਂ ਕਿ ਮੈਂ ਅੱਜ ਆਇਆ, ਅਤੇ ਇੱਕ ਹੋਰ ਆ ਜਿਹੜਾ ਕਿ ਸਪਿਆਸੀ ਪਿੰਡ ਤੋਂ ਚੱਲਦਾ ਆ, ਅਤੇ ਉਹ ਉੱਪਰ ਚਰਚ ਤੱਕ ਆਉਂਦਾ ਆ, ਜਿਹਦਾ ਕਿ ਨਾਮ ਆ ਸਿੰਤੀਏਰੋ ਦੇ ਲਾ ਸਪੇਰਾਂਸਾ। ਅਤੇ ਮੰਨਣਾ ਆ ਕਿ ਜੇ ਤੁਸੀਂ ਉਹ ਰਸਤੇ ਤੋਂ ਆਉਂਦੇ ਹੋ ਕੋਈ ਵੀ ਆਪਣੀ ਵਿਸ਼ ਲੈ ਕੇ, ਹੈ ਨਾ, ਅਤੇ ਉਹ ਤੁਹਾਡੀ ਪੂਰੀ ਹੁੰਦੀ ਆ। ਮੇਰਾ ਐਕਸਪੀਰੀਅੰਸ ਆ, ਮੇਰੀਆਂ 2 ਵਿਸ਼ਾਂ ਪੂਰੀਆਂ ਹੋਈਆਂ, ਅਤੇ ਮੈਂ ਹਰ ਸਾਲ ਆਉਂਦਾ ਹੁੰਦਾ ਕੁਛ ਨਾ ਕੁਛ ਆਪਣੀ ਮੰਗ ਲੈ ਕੇ। ਸੋ ਤੁਸੀਂ ਆ ਸਕਦੇ ਹੋ, ਟਰਾਈ ਕਰਕੇ ਦੇਖ ਸਕਦੇ ਹੋ। And I'm caught up in the first night. Now it doesn't feel right. I'll just have to say goodbye. ਜ਼ਿਆਦਾ ਨਾ ਵਲੌਗ ਵੱਡਾ ਕਰਦੇ ਹੋਏ ਚਰਚ ਤੁਹਾਨੂੰ ਮੈਂ ਥੋੜ੍ਹਾ ਬਹੁਤ ਦਿਖਾਤਾ ਹੈ, ਤੁਸੀਂ ਬਾਕੀ ਆਹ ਪਾ ਕੇ ਦੇਖੋ। ਆਉਣਾ ਹੈ ਤਾਂ ਥੋੜ੍ਹਾ ਆਫ ਸੀਜ਼ਨ 'ਚ ਆਇਆ ਕਰੋ, ਠੀਕ ਆ, ਤਾਂ ਕਿ ਤੁਹਾਨੂੰ ਰਸ਼ ਵਗੈਰਾ ਨਾ ਮਿਲੇ। ਅੱਜ ਤਾਂ ਫਿਰ ਵੀ ਚਲੋ ਥੋੜ੍ਹਾ ਬਹੁਤ ਰਸ਼ ਸੀਗਾ, ਬਟ ਫਿਰ ਵੀ ਠੀਕ ਰਿਹਾ, ਲੱਕੀ ਰਹੇ ਹਾਂ। ਅਤੇ ਹੁਣ ਅਸੀਂ ਪਾਏ ਆ ਘਰ ਵੱਲ ਨੂੰ ਪੈਰ, ਠੀਕ ਆ। ਮਿਲਦੇ ਹਾਂ ਅਗਲੇ ਸਫ਼ਰ ਦੇ ਨਾਲ, ਦੇਖਦੇ ਹਾਂ ਅਗਲਾ ਸਫ਼ਰ ਜਿਹੜਾ ਆ ਉਹ ਕਿੱਥੇ ਲੈ ਕੇ ਜਾਂਦਾ ਮੈਨੂੰ। ਬਣੇ ਰਹੋ ਦੇਖਣ ਲਈ।